बिस्मिल्लाह रहमान रहीम। अस्सलाम वालेकुम दोस्तों। दोस्तों मैं उम्मीद करता हूँ बिल्कुल ठीक ठाक तो ख्याल ना लाऊंगे। जहाँ तुम दोस्तों मेरे पीछे देखते पे होने क्रेन चल रही है, आप अज बनानी है तो वीडियो यदी मालूमत शेयर कर दें थोड़े अपने सारे दोस्तों नाल। तो हूँ आप जाके क्रेन के बारे मालूमत लेने थानू दिखाने कि क्रेन की काम कर रही है। लपा पहला एक बिल्कुल जी, देखो जी चौथा लप्पा आया, बिच पंजवा भरन डे है। वो पंजवा भर लिया जी, तीन लो जी पंजवा भी पै गया लप्पा बिच। और देखो जी बिल्कुल थानू बिल्कुल ਇਹਦੀ ਹਰ ਚੀਜ਼ ਕਰੇਨ ਦੇ ਬਾਰੇ ਤੁਹਾਨੂੰ ਦੱਸਾਂਗੇ, ਇਹਦੀ ਮਾਲੂਮਾਤ ਦੇ ਬਾਰੇ ਤੁਹਾਨੂੰ ਦੱਸਦੇ ਹਾਂ। ਅੱਠ ਤੋਂ ਜੀ ਨੌਂ ਲੱਪੇ ਪਾਏ ਜੀ ਵਿੱਚ ਟਰਾਲੀ ਦੇ ਵਿੱਚ। ਟਰਾਲੀ ਟਨਾ ਟਨ ਫੁੱਲ ਹੋ ਜਾਂਦੀ ਆ, ਬਿਲਕੁਲ ਓਕੇ ਹੋ ਜਾਂਦੀ ਟਰਾਲੀ। ਤੁਸੀਂ ਪੰਜਾਬ ਦੇਖ ਲਓ, ਕਾਫੀ ਮਾਸ਼ਾਅੱਲਾ ਵੱਡਾ ਵਾ। ਸਾਹ ਕਹਿੰਦਾ ਜੀ ਅਗਰ ਫੁੱਲ ਚੰਗੇ ਤਰੀਕੇ ਨਾਲ ਲੱਪਾ ਭਰੀ ਆਈ ਹੈ ਤਾਂ ਛੇ ਕੁ ਲੱਪੇ ਪੈਂਦੇ ਆ ਪੈ ਕੇ, ਤਾਂ ਟ੍ਰੇਨ ਫੁੱਲ ਹੋ ਜਾਂਦੀ ਟਰਾਲੀ। ਆ ਦੇਖੋ ਜੀ ਬਿਲਕੁਲ ਟਰਾਲੀਆਂ ਭਰਨ ਦਾ ਜਿਹੜਾ ਪ੍ਰੋਸੀਜਰ ਨੰਬਰ ਜਾਰੀ ਆ। ਤੇਰੀ ਖੈਰ ਭਰਿਆ ਲੱਪਾ ਜੀ। ਇਸ ਕਰੇਨ ਦੇ ਮਾਲਕ ਆਪ ਇਹਨਾਂ ਕੋਲ ਪੁੱਛਦੇ ਹਾਂ। ਅਸਲਾਮ ਵਾਲੇਕੁਮ ਉਸਤਾਦ ਜੀ। ਉਸਤਾਦ ਜੀ ਇਹ ਕਿਹੜਾ ਮਾਡਲ ਆ? ਨੰਬਰ ਪਲੇਟ 11 ਦੇ ਲੱਗੇ ਸਰ, 11 ਮਾਡਲ ਹੀ ਆਇਆ। ਲੇਕਿਨ ਕਹਿ ਰਿਹਾ ਨੰਬਰ ਤਾਂ 11 ਮਾਡਲ ਦੀ ਲੱਗੀ ਹੋਈ ਹੈ ਪਲੇਟ ਨੰਬਰ, ਲੇਕਿਨ ਇਹਨਾਂ ਨੇ ਬਾਹਰੋਂ ਮੰਗਾਈ ਆ, ਬਾਹਰਲੇ ਮੁਲਕ ਪਤਾ ਨਹੀਂ ਕਦੋਂ ਦੀ ਨਿਕਲੀ ਹੋਈ ਆ, ਪਾਕਿਸਤਾਨ 11 'ਚ ਇਸ਼ੂ ਹੋਈ ਆ। ਅੱਛਾ ਸਾਹਿਬ ਤੁਸੀਂ ਕਿੰਨੇ ਦੀ ਲਈ ਹੈ, ਕਿੰਨੇ ਦੀ ਪੈ ਗਈ ਤੁਹਾਨੂੰ ਇਹ? ਸਮਝੋ ਪਾਕਿਸਤਾਨ ਚਲਾ ਕੇ ਕੰਮ ਕਰਵਾ ਕਰੋ ਕੇ 45 ਲੱਖ ਰੁਪਏ ਦੀ ਲੈ ਗਈ ਆ। ਸਰ ਜੀ ਫੁੱਲ ਪ੍ਰੈਸ਼ਰ ਆ ਡਰਾਲਕ, ਏਸੀ ਚਾਲੂ ਆ ਇਹਦਾ? ਏਸੀ ਖਰਾਬ ਆ ਜਾਂ ਨਹੀਂ ਗਏ ਦਾ? ਬਾਕੀ ਕੰਮ ਸ਼ਾਮ ਓਕੇ ਕਰਦੀ ਹਰ ਸ਼ਾਇ ਜੀ? ਦੇਖੋ ਜੀ ਭਾਈ ਕਹਿੰਦੇ ਜੀ ਕੰਮ ਸ਼ਾਮ ਬਾਕੀ ਹਰ ਸ਼ਾਇ ਓਕੇ ਕਰਦੀ ਹੈ। ਬਾਹਰੋਂ ਇਹਨਾਂ ਨੇ ਮੰਗਵਾਈ ਸੀਗੀ 2011 'ਚ ਪਾਕਿਸਤਾਨ ਜਾ ਕੇ ਇਸ਼ੂ ਹੋਈ ਹੈ। ਦੋਸਤੋ ਤੁਸੀਂ ਅੱਜ ਇਸ ਕਰੇਨ ਦੇ ਬਾਰੇ ਤੁਹਾਨੂੰ ਅਸੀਂ ਮਾਲੂਮਾਤ ਦਿੱਤੀ ਆ। ਇਨਸ਼ਾਅੱਲਾ ਅਸੀਂ ਅੱਗੇ ਇੱਦਾਂ ਦਾ ਹੋਰ ਮਜ਼ੀਦ ਵੀਡੀਓ ਲੈ ਕੇ ਆਉਂਦੇ ਰਹਾਂਗੇ। ਇੱਦਾਂ ਦਾ ਹੋਰ ਮਜ਼ੀਦ ਅੱਗੇ ਵੀਡੀਓ ਦੇਖਣ ਲਈ ਸਾਡੇ ਚੈਨਲ ਸਬਸਕ੍ਰਾਈਬ ਵੀ ਕਰ ਲਓ, ਅਤੇ ਨਾਲ ਜਿਹੜਾ ਬੈੱਲ ਆਇਕਨ ਦਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਓ। ਅਗਲੀ ਵੀਡੀਓ ਦਾ ਸਾਨੂੰ ਦਿਓ ਇਜਾਜ਼ਤ ਹੁਣ। ਓਕੇ, ਅੱਲਾ ਹਾਫਿਜ਼।